ਅਸਲਾਮੁਅਲੈਕੁਮ ਗਾਇਜ਼, ਕੀ ਹਾਲ ਚਾਲ? ਵੈਲਕਮ ਟੂ ਬ੍ਰੈਂਡ ਨਿਊ ਵਲੌਗ। ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲੇ ਯਾਰ ਬਹੁਤ ਬਹੁਤ ਜ਼ਿਆਦਾ ਜੁਮਾ ਮੁਬਾਰਕ। ਅਤੇ ਸੋ ਕੇ ਆਪਾਂ ਹੁਣ ਉੱਠ ਪਏ ਹਾਂ, ਅਤੇ ਹੁਣ ਆਪਾਂ ਤੁਹਾਨੂੰ ਪਤਾ ਸਭ ਤੋਂ ਪਹਿਲੇ ਜੁਮੇ ਦਾ ਜਿਹੜਾ ਕੰਮ ਹੁੰਦਾ ਵਾ ਕਿ ਘਰ ਹਾਂਡੇ ਵਗੈਰਾ ਲਿਆ ਕੇ ਦਿਉ। ਉਸ ਤੋਂ ਬਾਅਦ ਜੁਮੇ ਦੀ ਤਿਆਰੀ ਕਰੋ, ਅਤੇ ਹਾਂਡੇ ਵਗੈਰਾ ਆਪਾਂ ਲਿਆਤੀ ਹੈ, ਅਤੇ ਹੁਣ ਆਪਾਂ ਕਰਨ ਲੱਗੇ ਹਾਂ ਜੁਮੇ ਦੀ ਤਿਆਰੀ। ਜੁਮੇ ਦੀ ਤਿਆਰੀ ਕਰਕੇ ਜੁਮਾ ਪੜ੍ਹ ਕੇ ਇਨਸ਼ਾਅੱਲਾ ਫਿਰ ਤੁਹਾਨੂੰ ਮਿਲਦੇ ਹਾਂ। ਅੱਜ ਆਪਾਂ ਪਤੰਗਬਾਜ਼ੀ ਵੀ ਥੋੜ੍ਹੀ ਬਹੁਤ ਕਰਾਂਗੇ, ਅਤੇ ਫਿਰ ਅੰਤਰਾਂ ਜਾਵਾਂਗੇ, ਕੋਈ ਲੰਗਰ ਪਾਣੀ ਵੀ ਕਰਾਂਗੇ। ਮੌਸਮ ਅੱਜ ਬਹੁਤ ਪਿਆਰਾ ਹੈਗਾ, ਤੁਹਾਨੂੰ ਪਤਾ ਵਾ ਰਾਤ ਦੀ ਬਾਰਿਸ਼ ਹੋ ਰਹੀ ਹੈ, ਅਤੇ ਇਨਸ਼ਾਅੱਲਾ ਤੁਹਾਨੂੰ ਵਲੌਗ ਦੇਖ ਕੇ ਮਜ਼ਾ ਆਏਗਾ। ਫਿਊ ਮੋਮੈਂਟਸ ਲੇਟਰ ਖਿੱਚ ਮਧੋਈ ਹੋ ਗਈ, ਗੁੱਡਾ ਚ ਮਿਲਣ ਗਏ ਸੀ, ਉਹ ਕੱਟਤਾ ਜੀ। ਆਈ ਬੋ ਚਚੂਆ ਲਾ, ਚਾਰ ਪੰਜ ਜਿਹੜੇ ਖਲੋਤੇ ਚਚੂ ਕੱਟਦੇ ਕੱਟਦੇ ਆ। ਨੀਲਾ ਤੇ ਗਿਆ, ਨੀਲਾ ਗਿਆ, ਉਹ ਵੀ ਗਿਆ ਜੀ। ਆਈ ਬੋ ਦੋ ਕੱਟਦੇ ਹੈਗੇ, ਉਹ ਵੀ ਗਿਆ, ਆਈ ਗਿਆ, ਡਰਨੇ ਗਏ, ਕਿਆ ਬਾਤ ਆ। ਮੌਸਮ ਯਾਰ ਵਿਊਜ਼ ਬੜਾ ਜ਼ਬਰਦਸਤ ਹੈ, ਬਦਲ ਹੋਏ ਆ, ਬਾਰਿਸ਼ ਹੋ ਗਈ ਹੱਟੀ, ਤੁਹਾਨੂੰ ਬਾਅਦ ਸਲਾਮ ਪਾ ਲਈ। ਹਾਂ ਜਸਵਾਲ, ਬਾਅਦ ਸੀਨ ਚੈੱਕ ਕਰੋ, ਪਾਣੀ ਪਾਣੀ ਬਹੁਤ ਬਾਰਿਸ਼ ਹੋਈ ਹੈ। ਅੱਖੇ ਚ ਮਾਰਨ ਲਾਣ ਲੱਗਾ ਜੀ ਹੱਥਾਂ ਦਾ। ਚਾਚੂ ਗੁੱਡਾ ਥੱਲੇ ਲੈ ਕੇ ਆ, ਤੂੰ ਆਪਣਾ ਤੂੰ ਗੁੱਡਾ ਬਹੁਤ ਸਿਰ ਤੇ ਲੈ ਜਾਂਦਾ, ਤੈਨੂੰ ਸੌਖੀ ਵੱਜਣੀ ਖਿੱਚ। ਚਮੇੜੀ ਨਾ ਕੋਈ ਵੀ ਯਾਰ, ਆ ਦੂਸਰਾ ਗੁੱਡਾ ਆਪਾਂ ਛੱਡਤਾ ਜੀ, ਚਮੇੜਨ ਦੇ ਚੱਕਰਾਂ ਜੀ ਰੁਪੇਚਾ ਲਗਾ ਦੇਣਾ। ਆ ਕਾਲਾ ਗੁੱਡਾ ਚਿੰਬੜ ਜ਼ਬਰਦਸਤ ਗੁੱਡੀ, ਸੋਚਿਆ ਨਹੀਂ ਉੱਡੂਗੀ ਰਮਜ਼ਾਨ ਚ ਵੀ, ਇੰਨੀ ਲੋਕਾਂ ਨੇ ਟਾਈਮ ਪਾਸ ਕਰਨਾ, ਹੋਰ ਰੋਜ਼ਾ ਰੱਖ ਕੇ। ਹਵਾ ਵੀ ਜ਼ਬਰਦਸਤ ਚੱਲਣ ਦੀ ਨਾ, ਹਵਾ ਦਾ ਕਰਕੇ ਪਤੰਗ ਬਾਜ਼ੀ ਜ਼ਿਆਦਾ। ਚਾਚੂ ਕੀ ਉੱਤੇ ਸੁੱਟਣ ਲੱਗਾ ਉਹਦੇ? ਚਾਚੂ ਤੁਨਕੇ ਸਪੀਡ ਨਾ ਮਾਰੀ ਹੈ, ਦੋਵੇਂ ਇਕੱਠੇ ਚੁੱਕ ਮੈਂ ਕਹਿੰਦਾ। ਕੋਈ ਨੀ ਕੋਈ ਨੀ ਕੋਈ ਨੀ, ਲੈ ਜਾ ਥੱਲੋਂ ਦੀ ਲਿਆ ਕੇ ਜਾ ਇਹਨੂੰ, ਖਿੱਚ ਤਾਂ ਗੁੱਡਿਆ ਖਿੱਚਿਆ ਨੀ ਜਾਂਦਾ। ਆ ਹਵਾ ਦੇ ਖਿੱਚ ਕੇ ਲੈ ਆ ਦੱਸੋ, ਮੈਂ ਤਾਂ ਕਹਿੰਦਾ ਜਿੱਦਾਂ ਦੀ ਹਵਾ ਖਿੱਚ ਹੀ ਲਾ ਦੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਓਕੇ ਆ ਗਿਆ ਉੱਤੇ ਤੇਰੇ ਆਪ ਹੀ, ਖਿੱਚ ਕੇ ਤੁਨਕਾ ਮਾਰ। ਓਏ ਆ ਕੀ ਆ, ਜਿੱਦਾਂ ਆਇਆ ਉਦਾਂ ਹੀ ਵਾਪਸ ਲੈ ਗਿਆ ਗੁੱਡਾ, ਉੱਤੇ ਸੁੱਟ ਕੇ ਉਹਨੇ ਇੰਨਾ ਟਾਈਮ ਦਿੱਤਾ, ਉਦਾਂ ਹੀ ਲੈ ਗਿਆ ਵਾਪਸ। ਯਾਰ ਫੋਨ ਦੀ ਬੈਟਰੀ ਵੀ ਲੋ, ਚਾਰਜ ਕਰਨ ਦੀ ਰੇਂਜ ਚ ਨੀ ਸੀ। ਟੇਪ ਲਾ ਦੱਸੋ ਓਏ, ਸਲਾਬਾ ਗੁੱਡਾ ਹੁੰਦੇ ਆ, ਮੈਂ ਤਾਂ ਗੁੱਡਾ ਚੁੱਕ ਇਥੋਂ, ਇਹਨੂੰ ਤਲਾਮ ਪਾ, ਆ ਮੈਨੂੰ ਫੜਾ ਡੇਢ, ਆ ਡੇਢ ਤਾਂ ਵੱਧ ਤੰਗਬਾਜ਼ੀ ਹੋ ਰਹੀ ਫੁੱਲ ਭਾਰਾ ਨਾ, ਬਾਰਿਸ਼ ਹਟੀ ਆ ਤੇ ਚੜੇ ਆ, ਡੋਰ ਦਾ ਪਿੰਨਾ ਗੱਲ ਇਹ, ਡੋਰ ਚੜ੍ਹੜੀ ਖਤਮ ਹੋਣ ਵਾਲੀ ਸੀਗੀ, ਉਹ ਲੱਗਾ ਜੀ ਆਪਣਾ। ਬਿਲੋ ਨੀਲੀ ਚਰਖੜੀ ਫੜਾ ਦੱਸ ਉਹਨੂੰ, ਇੱਧਰ ਲਿਆ ਮੈਨੂੰ ਫੜਾ ਨੀਲੀ ਚਰਖੜੀ, ਆਹ ਗੁੱਡਾ ਫੜ ਦੋ। ਗੁੱਡੇ ਨਾਲ ਪੇਛਾ ਕਰਨੇ, ਉਹਨੇ ਲਮਕਾ ਲਿਆ, ਇਹ ਚੁੱਕੇ ਸੀ, ਇਹਨੂੰ ਇੱਥੋਂ ਹੀ ਪਾ ਦੇਣਾ, ਹਲਕਾ ਜਿਹਾ ਚੁੱਕੇ ਸੀ ਬਸ, ਉਹ ਬਹੁਤ ਹੀ ਨੀਵਾਂ ਲੈ ਗਿਆ ਗੁੱਡਾ, ਚੁੱਕੇਗਾ ਚਾਚੂ ਚੁੱਕੇਗਾ ਚੁੱਕੇਗਾ, ਇਹ ਇੱਕ ਵੱਢਤਾ ਵਾ, ਉਹ ਵਹਾ ਨਹੀਂ ਸਕਿਆ, ਮੈਂ ਚਰਖੜੀ ਫੜੀ ਇਹਦੇ ਨਾਲ,
ਚੁੱਕੇਗਾ 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 ਉਹਨੂੰ ਚੁੱਕਣਾ ਪਏਗਾ ਉਹਦੇ ਥੱਲੇ ਲੈ ਉਹਨੇ ਤਾਂ ਲਾਦਾ ਅੜਾੜੂ ਲਿਆ ਕਿਸੇ ਪਾਸੇ ਉਹ ਤੁੱਕਲ ਚਚੂ ਆਇਆ ਬਹੁਤ ਨੀਵਾਂ ਸਾਡਾ ਕੋਲ ਤੁੱਕਲ ਨੂੰ ਲਾਜ਼ਮੀ ਚਾਚੂ ਚੁੱਕੀ ਕੁਛ ਨੀ ਹੁੰਦਾ ਜ਼ਬਰਦਸਤ ਚਾਚੂ ਜ਼ਬਰਦਸਤ 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 ਹੋਏ 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 ਬਸ ਠੀਕ ਹੁਣ ਉਹ ਜਿੱਥੇ ਮਰਜ਼ੀ ਲੈ ਜਾ ਹੁਣ ਖੈਰ ਉਹ ਕਿੱਥੋਂ ਲੈ ਗਿਆ ਗੁੱਡਾ ਉਹ ਆਪਣਾ ਗੁੱਡਾ ਆਪਾਂ ਥੱਲੇ ਹੀ ਆ ਰਹੇ ਹਾਂ ਜ਼ਬਰਦਸਤ ਫਿਰ ਥੱਲੋਂ ਦੀ ਲਿਆਓਗੇ ਤੁਸੀਂ ਗੁੱਡੇ ਨੂੰ ਝੋਂਕ ਮਾਰ ਲਾ ਓਏ ਨਾ ਨਾ ਚਮੇੜੀ ਨਾ ਗੁੱਡਾ ਆ ਦੇਖੋ ਯਾਰ ਇੰਨੀ ਜਗ੍ਹਾ ਚ ਕਿੰਨੇ ਗੁੱਡੇ ਉੱਡ ਉਧਰ ਆਪਣਾ ਪਿੱਛੇ ਉਹ ਆ ਗਈ ਉਹ ਗਿਆ ਆਈ ਉਹ ਗੁੱਡਾ ਲੁੱਟ ਲਿਆ ਢਾਈ ਤਾ ਵਾ ਜਿਹੜਾ ਗੁੱਡਾ ਚਮੇੜੀ ਛੋਟੇ ਗੁੱਡੇ ਦਾ ਝੱਪ ਵੀ ਨੀ ਨਾ ਨਿਕਲਦਾ ਬੜਾ ਝੱਪ ਕੱਢਿਆ ਪਰ ਇਸ ਤਰ੍ਹਾਂ ਸੀਨ ਚੈੱਕ ਕਰੋ ਤੁਸੀਂ ਪਾਣੀ 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 ਗੱਡੀ ਵੇਖੋ ਪਾਣੀ ਦੀ ਜਾ ਰਹੀ ਹੈ ਬਾਰਿਸ਼ ਹੀ ਬਹੁਤ ਜ਼ਿਆਦਾ ਹੋਈ ਚਲਨ ਮੈਂ ਕਿਹਾ ਪਤੰਗਬਾਜ਼ੀ ਕਰਕੇ ਫ੍ਰੀ ਹੋ ਗਏ ਸੀਗੇ ਮੈਂ ਕਿਹਾ ਯਾਰ ਆਪਾਂ ਥੋੜਾ ਬਾਹਰ ਚੱਲਦੇ ਆ ਯਾਰਾਂ ਦੋਸਤਾਂ ਦੇ ਨਾਲ ਟਾਈਮ ਸਪੈਂਡ ਕਰਦੇ ਆਈਏ ਵਿਊ ਇਹ ਆ ਕਿ ਹਰ ਜਗ੍ਹਾ ਪਾਣੀ ਪਾਣੀ ਆ ਤੁਸੀਂ ਵੇਖ ਲਓ ਪਾਣੀ ਪਾਣੀ ਖੜਾ ਵਾ ਭਾਈਆਂ ਦੇ ਨਾਲ ਮੈਂ ਬੈਠਾ ਆਇਆ ਵਾ ਤੇ ਰੋਜ਼ਾ ਰੱਖ ਕੇ ਰੋਜ਼ੇ ਦੇ ਵਿੱਚ ਤੁਹਾਨੂੰ ਪਤਾ ਵੀਡੀਓ ਬਣਾਉਣੀ ਬਹੁਤ ਔਖੀ ਹੁੰਦੀ ਹੈਗੀ ਹੈ ਤੇ ਹੁਣ ਅਫਤਾਰੀ ਕਰਕੇ ਫ੍ਰੀ ਹੋਏ ਸੀਗੇ ਤੇ ਹੁਣ ਆਏ ਆ ਬਾਹਰ ਦੋਸਤਾਂ ਨਾਲ ਬੈਠੇ ਆਰਡਰ ਸ਼ਾਰਡਰ ਲਵਾਇਆ ਵਾ ਜਿੱਦਾਂ ਹੀ ਆਰਡਰ ਆਉਂਦਾ ਵਾ ਤੁਹਾਨੂੰ ਇਨਸ਼ਾਅੱਲਾ ਅਪਡੇਟ ਕਰਦੇ ਆ ਬਾਕੀ ਬਹੁਤ ਮਿਹਨਤ ਕਰੀ ਦੀ ਆ ਅਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਤੇ ਵੀਡੀਓ ਜੇ ਤੁਹਾਨੂੰ ਅੱਛੀ ਲੱਗੇ ਤੇ ਯਾਰ ਲਾਈਕ ਵੀ ਕਰ ਦਿਆ ਕਰੋ ਲਈ ਆਰਡਰ ਆ ਗਿਆ ਆਪਣਾ ਚੈੱਕ ਕਰੋ ਤੁਸੀਂ ਚਾਵਾਂ ਆ ਗਈਆਂ ਵਾ ਨਾਲ ਸੁਪਰ ਬਿਸਕਿਟ ਆ ਗਏ ਯਾਰ ਨਾ ਸਪੈਸ਼ਲ ਸਾਡੇ ਆ ਬੰਦਾ ਕਿਸੇ ਹੋਰ ਦਾ ਆਰਡਰ ਸੀ ਯਾਰ ਅਸੀਂ ਸਰ ਤੁਹਾਨੂੰ ਗੱਲ ਦੱਸਦੇ ਆ ਇਹ ਸਾਡੇ ਤੋਂ ਜਿਹੜੇ ਪਹਿਲੇ ਬੰਦੇ ਬੈਠੇ ਸੀ ਨਾ ਉਹਨਾਂ ਦਾ ਕੱਪ ਸੀਗਾ ਇਹ ਬੰਦਾ ਕਿਸੇ ਸ਼ਹਿਰ ਨੂੰ ਛੱਡ ਕੇ ਰਾਜ਼ੀ ਨੀ ਕਹਿੰਦਾ ਮੈਂ ਚੈੱਕ ਕਰਨਾ ਵਾ ਕੈਸਾ ਜ਼ਾਇਕਾ ਆ ਰਿਹਾ ਵਾ ਯਾਰ ਇੱਧਰ ਜੱਟ ਸਾਹਿਬ ਆ ਪੱਤੀ ਪਈ ਸੀ ਪਾਣੀ ਪਾ ਰਿਹਾ ਲੋ ਜੀ ਚਲੋ ਯਾਰ ਪੀਓ ਪੀਓ ਯਾਰ ਜੱਟ ਸਾਹਿਬ ਇਹਨੂੰ ਕਰੋ ਯਾਰ ਓਪਨ ਕਰੋ ਯਾਰ ਖੋਲੋ ਯਾਰ ਜੱਟ ਸਾਹਿਬ ਖੋਲ ਲੋ ਕੋਈ ਹਿੰਮਤ ਕਰ ਲੋ ਹੌਸਲਾ ਕਰ ਲੋ ਯਾਰ ਫਾਈਨਲੀ ਚਾਏ ਪੀ ਲਈ ਆ ਤੇ ਆਪਣੇ ਬਰਗਰ ਵੀ ਆ ਉਹ ਯਾਰ ਇਹ ਕਿਆ ਚੀਜ਼ ਹੈ ਇਹ ਤਿੰਨੇ ਬਰਗਰ ਆ ਗਏ ਤੂੰ ਤਾਂ ਵਰੈਪ ਵਰੈਪ ਕਹਿੰਦਾ ਸੀਗਾ ਭਾਈ ਉਹਨੇ ਕਿਹਾ ਬਰਗਰ ਖਾਓ ਮੈਂ ਕਿਹਾ ਚੱਲ ਬਰਗਰ ਭਾਈ ਤੇ ਵਰੈਪ ਕਿਹੜੀ ਹੈ ਵਰੈਪ ਹੈ ਹੀ ਨਹੀਂ ਓਏ ਅੱਲਾ ਕੇ ਬੰਦੇ ਡੇਢ ਘੰਟਾ ਹੋ ਗਿਆ ਵਰੈਪ ਵਰੈਪ ਲੱਗੇ ਆ ਉਹ ਯਾਰ ਬਰਗਰ ਵੀ ਨੋਟ ਬੈਡ ਯਾਰ ਬੱਚੇ ਮੇਰੇ ਹਿਸਾਬ ਨਾਲ ਨਾ ਉਹਨੇ ਆਲੂ ਦੀ ਟਿੱਕੀ ਹੈ ਅੱਛੀ ਹੁੰਦੀ ਆਲੂ ਦੀ ਟਿੱਕੀ ਯਾਰ ਟੇਸਟ ਕਰਿਓ ਤੁਸੀਂ ਯਾਰ ਉਸ ਸਮੇਂ ਹੈਗਾ ਤੁਹਾਨੂੰ ਖਾ ਕੇ ਦੱਸਦੇ ਜੱਟ ਸਾਹਿਬ ਲੋ ਯਾਰ ਬਾਈਟ ਇੱਕ ਲੋ ਤੁਹਾਨੂੰ ਯਾਰ ਇੰਨਾ ਨਾਲ ਦਿਆਂ ਮੇਰੇ ਵਾਲਿਆਂ ਨੂੰ ਕੈਮਰਾ ਫੜਨਾ ਨਹੀਂ ਆਉਂਦਾ ਤਦ ਮੇਰੀ ਵੀਡੀਓ ਘੱਟ ਹੁੰਦੀ ਹੈ ਮੈਂ ਨਾ ਇਨਸ਼ਾਅੱਲਾ ਤੁਸੀਂ ਸਪੋਰਟ ਕਰੋ ਥੋੜੀ ਬਹੁਤ ਮੈਂ ਆਪ ਕੈਮਰਾ ਘੁਮਾ ਲੈਣਾ ਕਰਨਾ ਲਓ ਗਰੀਬਾਂ ਗਰੀਬ ਬਰਗਰ ਵੀ ਏਦਾਂ ਹੀ ਖਾਂਦੇ ਆ ਇਹ ਲਓ ਲਓ ਗਰੀਬ ਨੂੰ ਪਿਆ ਵੀ ਮਿਲਿਆ ਨਹੀਂ ਤਾਂ ਓਏ ਹੋਏ ਮਾਸ਼ਾਅੱਲਾ ਯਾਰ ਟੇਸਟ ਕੈਸਾ ਸਭ ਤੋਂ ਪਹਿਲੇ ਇਹ ਦੱਸ ਪੈਸੇ ਵਾਲਾ ਹੈ ਪੈਸਾ ਵਸੂਲ ਹੈ ਸ਼ਾਇਦ ਕਿ ਨਹੀਂ ਹੈ ਲੈਵਲ ਹੈ ਓਦਾਂ ਯਾਰ ਗਰਮ ਤੇ ਹੈ ਲੇਕਿਨ ਭਾਈ ਨੇ ਫੀਡਬੈਕ ਦਿੱਤਾ ਵੋਟ ਪਾ ਦਿੱਤਾ ਕਿ ਲੈਵਲ ਆ ਸ਼ਾਹ ਸਭ ਚੁੱਕੋ ਯਾਰ ਹੈਗੇ ਆਪਣੇ ਸ਼ਾਹ ਦੇ ਭਾਈ ਬਹੁਤ ਪਿਆਰੇ ਭਾਈ ਹੈ ਲੱਭਦੇ ਕਦੀ ਕਦੀ ਆ
क्योंकि इन्हां दे महल्ले च पानी बहुत खलोता हुंदा तां दे बाहर घट निकलदे आ। सर टेस्ट करो पहले। अस्तगफिरुल्लाह या रसूल। चाह च डिप ना करी, चाह च ना डिप करी यार। ओ ना चाच, ओए अल्लाह के बंदे सारी तो गोभी है बच्चे, ओ बंद गोभी भाई सारी। ओ माय गॉड, शाह साहब कैसा है? आए हाँ। कमाल हो गया। कंट्रोल कंट्रोल। अपनी बारी आ गई है जी। बिस्मिल्लाह रहमान रहीम। बिस्मिल्लाह पढ़ के शायद खानी चाहिए, गेड़ भी खाओ। नॉट बैड यार, जो भी आओ छप्पर क्रॉस करो। ओ भाई जी शॉप हैगी है, बहुत जबरदस्त वी आई पी शॉप है यार। ते अच्छा बहुत टेस्ट है भाई, बहुत अच्छा टेस्ट है भाई। Few moments later. चैनल नु सब्सक्राइब लाजमी करो, ते वीडियो जे तुहानू अच्छी लगे तो यार लाइक भी कर दिया करो।